आज ना बैठे गुलूकार दमन जब चल रहे हैं देखो, आई देखो। ये गोदिये बिठा के रोटियां ही खांदे ने ते आ देखो तुसी देख सकदे हो पाकिस्तानी पाकिस्तानी यार डालिया भाई 50,000 तमान पाकिस्तान आसमाने ना मन दोस ना जा रहा हम दिखे 50 तमान अर्जश ना जा रहे यार खड़ा फिर भी रहने ते तुसी पी लो हाँ पीना ही नहीं आ जाओ जी हाँ जी आज हूँ पता अस कि आए मेरी जान अज अस कोले खाजू आए ते वीडियो आई थी भी माड़ी नहीं बनने वाली लेकिन शाम है अनेरा है कोई ना कोशिश करांगे है आदि ब्रेक दे लैगी है फिर गप्पा तेन पता होनिया नहीं है फिर तुसी मसरूफ होना है मेरी आवाज तुम डिस्टर्ब ना करे तुसी इतो दे मंजर नू कैच करो देखो और कमेंट्स च दसो कि तुहानू साडा जिहड़ा है ना ये मंजरकशी जिहड़ी असीं तुहानू दिखा रहे हैं वो कैसी लगी है ए पुल खाजू है जनाब ए ईरान दी ओ किवें कहंदे ने जिवें अपने को पाकिस्तान दे विच मशहूर तरीन जगह हो गई है मीनारे पाकिस्तान हो गया लेकिन वो ते तारीखी है ना इन्हां कोल ही एक चीज तारीखी है पुल कदीमियां इहनूं पुल कदीमिया आख्या जांदा पुल खाजू ते बहुत ही कदीम तरीन पुल है पता नहीं है किहड़े बादशाह ने बनाई होनी है बादशाहां दे दौरां दी पुलां ने जदां बादशाही कानून होंदा सी निज़ाम होंदे सी या मुल्क बार्डर नहीं सी होंदे ते इत्थे वैसे ना पानी दा सूरत हाल कुछ इस तरह दी इत्थे सिर्फ बर्फ दा पानी होंदा आ देखो ये पुल बनी हुई है दरिया ते फिलहाल दरिया दी सूरत हाल ये कि खुश्क है ते हुण थोड़े दिनों तक मौसम बदल रहा है सर्दी पै रही है ते सर्दियों दे विच तुहानू पता है वी बर्फ आउंदी है ते फिर बर्फ जदां पिघलनी है फिर पानी इत्थे ये दरिया फिर आबाद होना ਆਪਾਂ ਕੋਲ ਤਾਂ ਗਰਮੀਆਂ 'ਚ ਦਰਿਆ ਆਬਾਦ ਹੁੰਦੇ ਨੇ ਜਦੋਂ ਮੌਸਮ ਬਰਸਾਤ ਸ਼ੁਰੂ ਹੁੰਦੀ ਹੈ ਲੇਕਿਨ ਇੱਥੇ ਜਨਾਬ ਵਾਲਾ ਜਦੋਂ ਬਰਫ਼ ਪੈਂਦੀ ਹੈ ਚੰਗੀ ਕੜਾਕ ਦੀ ਸਰਦੀ ਪੈਂਦੀ ਹੈ ਇੱਥੇ ਜਨਾਬ ਵਾਲਾ ਨਾ ਉਦੋਂ ਪਾਣੀ ਦਰਿਆ ਇੱਥੇ ਗੁਲੂਕਾਰੀ ਦਾ ਮੰਜ਼ਰ ਚੱਲ ਰਿਹਾ ਹੈ ਦੁਕਾਨਦਾਰੀ ਹੋ ਰਹੀ ਹੈ ਖਜੂਰਾਂ ਨੇ ਨਾਲ ਉਹਨਾਂ ਜਨਾਬ ਵਾਲਾ ਉਹ ਸ਼ਲਜਮ ਜ਼ਰਦ ਨਹੀਂ ਹੁੰਦਾ ਉਹ ਜਿਹਨੂੰ ਹਾਂ ਅਤੇ ਉੱਥੇ ਚੱਲਦੇ ਹਾਂ ਚੱਲ ਅਸੀਂ ਹੁਣ ਪੁੱਲ ਦੇ ਉੱਤੇ ਚੜ੍ਹਨ ਲੱਗੇ ਹਾਂ ਆਹ ਜਨਾਬ ਵੇਖ ਅਸੀਂ ਇੱਕ ਚੱਕਰ ਲਾ ਲਈਏ ਯਾਰ ਆਹ ਤੁਸੀਂ ਦੇਖ ਸਕਦੇ ਹੋ ਜਨਾਬ ਹਾਂਜੀ ਇਹਨੂੰ ਕਹਿੰਦੇ ਨੇ ਪੋਲੇ ਖਾਜੋ ਆਹ ਦੇਖ ਆਹ ਖਿਲੌਣੇ ਨੇ ਆਹ ਜਨਾਬ ਵਾਲਾ ਛਲੀਆਂ ਬੁੱਝ ਰਹੀਆਂ ਨੇ ਅਤੇ ਆਪਾਂ ਤਾਂ ਛਲੀਆਂ ਕਹਿੰਦੇ ਨੇ ਲੇਕਿਨ ਇਹ ਜ਼ੁਰਾਤ ਕਹਿੰਦੇ ਨੇ ਇਹ ਜ਼ੁਰਾਤ ਨੇ ਅਤੇ ਬੜੀਆਂ ਸ਼ੌਕ ਨਾਲ ਖਾਧੀਆਂ ਜਾਂਦੀਆਂ ਨੇ ਇੱਥੇ ਅਗੋ ਆ ਕੇ ਤੁਸੀਂ ਵੇਖ ਸਕਦੇ ਹੋ ਆ ਜਨਾਬ ਇੱਥੇ ਸਮੋਸੇ ਨੇ ਆ ਸਮੋਸੇ ਵੇਚ ਰਹੇ ਨੇ ਹਾਂ ਰਜ਼ਵਾਨੇ ਆ ਕਿੱਧਰ ਚੱਲਿਆ ਹੈ ਮੈਨੂੰ ਯਾਰ ਤੂੰ ਇਕੱਲਾ ਛੋੜ ਕੇ ਚੱਲਿਆ ਹੈ ਤੂੰ ਵੀ ਛੱਡ ਦਿੱਤਾ ਤਾਂ ਫਿਰ ਮੇਰਾ ਕੌਣ ਹੈ ਚੱਲ ਅੱਛਾ ਇਹ ਵੀ ਸ਼ੇਅਰ ਕਰ ਦੇਈਏ ਵੀ ਅਸੀਂ ਹੁਣ ਵਾਸ਼ਰੂਮ ਚੱਲੇ ਆਏ ਹਾਂ ਕਰ ਦੇਈਏ ਵੈਸੇ ਦੋਸਤ ਨੇ ਹਰ ਗੱਲ ਸ਼ੇਅਰ ਕਰਨੀ ਚਾਹੀਦੀ ਮੈਨੂੰ ਤੇ ਆ ਵੇਖੋ ਆਈ ਵੇਖੋ ਇਹ ਵਾਸ਼ਰੂਮ ਵਿੱਚ ਹੁਣ ਹੋ ਕੇ ਆ ਰਹੀਆਂ ਨੇ ਹੁਣ ਟਾਈਮ ਹੈ ਸਾਡਾ ਆ ਦੇਖੋ ਇੱਥੇ ਡੌਗੀ ਬੜੇ ਸ਼ੌਂਕ ਨਾਲ ਪਾਲੇ ਜਾਂਦੇ ਨੇ ਆ ਤਾਂ ਭਾਈ ਨੇ ਇੱਕ ਡੌਗੀ ਪਾਲਿਆ ਆ ਆ ਤੁਸੀਂ ਦੇਖ ਸਕਦੇ ਹੋ ਇਹ ਬੜੀ ਸਮਝਦਾਰ ਨਸਲ ਹੈ ਔਰ ਇੱਥੇ ਮਜ਼ੇ ਦੀ ਗੱਲ ਹੈ ਡੌਗੀਆਂ ਨੂੰ ਗੱਡੀਆਂ 'ਚ ਪਾ ਕੇ ਫਿਰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਡੌਗੀ ਜਿੱਥ ਤੱਕ ਨਾ ਗਿੱਲਾ ਨਾ ਹੋਵੇ ਇਹ ਨਿੱਜਸ ਨਹੀਂ ਆਉਂਦਾ ਇਹ ਗੋਦੀਏ ਬਿਠਾ ਕੇ ਰੋਟੀਆਂ ਹੀ ਖਾਂਦੇ ਨੇ ਅਤੇ ਆ ਦੇਖੋ
ਹੱਥ ਨੂੰ ਇਕੱਲੀ ਵਿੱਚ ਕਿਧਰੇ ਹੀ ਚਲੀ ਜਾਏ ਨਾ ਤਾਂ ਕਿਸੇ ਮਰਦ ਦੀ ਜ਼ਰੂਰਤ ਨਹੀਂ ਹੈ ਕਿ ਉਹਨੂੰ ਹੱਥ ਲਾ ਜਾਵੇ। ਖੁਦ ਦੀ ਮਰਜ਼ੀ ਹੋਵੇ ਤਾਂ ਕੋਈ ਮਸਲਾ ਨਹੀਂ ਹੈ, ਇੱਥੇ ਦੋਸਤ ਬਣਾ ਕੇ ਫਿਰਦੀਆਂ ਨੇ, ਟੈਨਸ਼ਨ ਉਹ ਨਹੀਂ ਹੁੰਦੀ। ਇੱਥੋਂ ਦਾ ਕਲਚਰ ਸਾਰਾ ਤੁਸੀਂ ਦੇਖ ਸਕਦੇ ਹੋ। ਆਹ ਜਨਾਬ ਦੇਖੋ, ਇੱਥੇ ਆ ਸ਼ੀਸ਼ਾ ਬੇਤਹਾਸ਼ਾ ਪੀਤਾ ਜਾਂਦਾ, ਮਰਦ ਔਰਤਾਂ ਤਕਰੀਬਨ ਸਾਰੇ ਹੀ ਇੱਕ ਜੈਸੇ ਨੇ ਇੱਥੇ। ਇੱਥੇ ਕਲਚਰ ਬਿਲਕੁਲ ਜਿਹੜਾ ਦੇਖ ਸਕਦੇ ਹੋ। ਦਸ ਚਸ਼ਮਾਦਾਰ ਨਾ ਖੋਨਾ ਮਗਾਈ ਖੁਆਇਸ਼ ਖੋਨਾ ਦਸ ਚਸ਼ਮਾਦਾਰ ਨਾ ਖੋਨਾ ਮਗਾਈ। ਆ ਤੁਸੀਂ ਵੇਖ ਸਕਦੇ ਹੋ ਪਾਕਿਸਤਾਨੀ ਪਾਕਿਸਤਾਨੀ ਆ ਰਹੇ ਲਾ ਲਿਆ ਬਾਈ 50,000 ਤੁਮਾਨ ਪਾਕਿਸਤਾਨ ਅਸਮਾਨੇ ਨਾ ਮਨ ਦੋਸ ਨਾ ਜਾ ਰਹੇ ਦੀਗੇ 50 ਤੁਮਾਨ ਅਰਜ਼ਸ਼ ਨਾ ਜਾ ਰਹੇ ਆ ਰਹੇ ਖਦਾ ਫੇਸ ਦਸ ਚਸ਼ਮਾਦਾਰ ਨਾ ਖੋਨਾ। ਇਹ ਜਨਾਬੇ ਮੈਨੂੰ ਆਖ ਰਿਹਾ ਆ ਜਾਓ ਸ਼ੀਸ਼ਾ ਪੀ ਲਓ, ਅਤੇ ਸ਼ੀਸ਼ੇ ਜਿਹੜਾ ਨਾ ਇੱਕ ਸਿਰਫ ਪੀਣ ਦਾ 20 ਮਿੰਟ 25 ਮਿੰਟ ਨਾ ਜਨਾਬੇ ਵਾਲਾ ਸ਼ੀਸ਼ੇ ਦੇ ਵਿੱਚ ਕੀ ਕਹਿੰਦੇ ਨੇ ਫਲਾਵਰ ਲਾ ਕੇ ਦੇਣਾ ਆ। ਵੇਖੋ ਇੱਥੇ ਜਨਾਬੇ ਔਰਤਾਂ ਸ਼ੀਸ਼ਾ ਪੀ ਰਹੀਆਂ ਨੇ ਅਤੇ ਸ਼ਰੇਆਮ ਸ਼ੀਸ਼ਾ ਪੀਤਾ ਜਾ ਰਿਹਾ। ਇੱਥੇ ਸ਼ੀਸ਼ੇ ਦੀ ਪਰਮਿਸ਼ਨ ਹੈ ਔਰ ਸ਼ੀਸ਼ੇ ਨੂੰ ਇੱਥੇ ਨਸ਼ਾ ਨਹੀਂ ਕਿਹਾ ਜਾ ਸਕਦਾ। ਅਤੇ ਆ ਦੇਖੋ ਇੱਥੇ ਜ਼ਿਆਦਾਤਰ ਔਰਤਾਂ ਪੀਂਦੀਆਂ ਨੇ ਨਸ਼ੇ। ਆ ਦੇਖੋ ਸ਼ੀਸ਼ਾ ਆਜ਼ਾਦ, ਕੋਈ ਪੁੱਛਦਾਸ ਨਹੀਂ ਹੈ, ਆਪਣੀ ਮਰਜ਼ੀ ਨਾਲ ਹਰ ਬੰਦਾ ਬਕਾ ਕੇ ਪੀ ਰਿਹਾ। ਅਤੇ ਮੈਨੂੰ ਵੀ ਕਹਿੰਦੇ ਨੇ ਆ ਜਾ, ਲੇਕਿਨ ਮੈਂ ਐਸਾ ਕੰਮ ਕਦੇ ਨਹੀਂ ਕੀਤਾ। ਆ ਦੋਸਤ ਵੀ ਸ਼ੀਸ਼ਾ ਪੀ ਰਹੇ ਨੇ ਅਤੇ ਤੁਸੀਂ ਪੀ ਲਓ। ਹਾਂ ਪੀਣਾ ਹੀ ਨਹੀਂ, ਆ ਜਾਓ। ਹਾਂਜੀ, ਅਤੇ ਅਸੀਂ ਹੁਣ ਚੱਲੇ ਆਏ ਪੁੱਲ ਦੇ ਉੱਤੇ, ਜਿੰਦਾ ਕਿ ਗੋਇਆ ਕਿ ਥੋੜ੍ਹੀ ਦੇਰ ਮੈਂ ਪਹਿਲੇ ਜ਼ਿਕਰ ਕੀਤਾ ਸੀ, ਲੇਕਿਨ ਮੈਨੂੰ ਦੋਸਤ ਕਹਿੰਦਾ ਆਪਾਂ ਇੱਧਰ ਚਲੀਏ। ਆ ਪੁੱਲ ਹੈ ਅਤੇ ਪੁੱਲ ਦੇ ਉੱਤੇ ਵੇਖੋ ਯਾ ਅੱਲਾ, ਮੇਰਾ ਬੇਲੀ ਨੂੰ ਤਾਂ ਬਿਲਕੁਲ ਦੌੜਾਂ ਲੱਗੀਆਂ ਨੇ, ਇਹ ਤੇ ਰਿਹਾ ਜਾ, ਅਤੇ ਮਗਰ ਪਿੱਛੇ ਪਿੱਛੇ ਅਸੀਂ ਵੀ ਯਾ ਅੱਲਾ। ਆਏ ਵਿਚਾਰੇ ਮੇਰੇ ਵਾਂਗ ਨੇ, ਨਾ ਹੀ ਕੋਈ ਚੈਨਲ ਬਣਾਇਆ ਹੋਣਾ ਅਤੇ ਇਹ ਮੇਰਾ ਖਿਆਲ ਹੈ ਵੀਡੀਓ ਬਣਾਉਣ ਆਏ ਨੇ। ਆ ਦੇਖੋ ਜਨਾਬ, ਤੁਹਾਡੇ ਅੱਖੀ ਦੇ ਸਾਹਮਣੇ ਵੀਡੀਓ ਚੱਲ ਰਹੀ ਹੈ, ਕੋਈ ਦੁੱਖ ਫਰੇ ਤੇ ਠੱਗੀ ਵਾਲੀ ਗੱਲ ਨਹੀਂ ਹੈ, ਕੀ ਕਹਿੰਦੇ ਹੋ ਹੈ। ਆ ਜਨਾਬ ਇਹ ਪੋਲੇ ਖਾਜੂ ਦਾ ਛੱਤ ਦਾ ਮੰਜ਼ਰ ਹੈ, ਥੱਲੇ ਪੋਲੇ ਸਾਡੇ, ਅਸੀਂ ਪੁੱਲ ਦੇ ਉੱਤੇ ਹਾਂ ਅਤੇ ਆਏ ਉੱਤੇ ਜਨਾਬ ਵਾਲਾ ਆਵਾਮ ਜਾ ਰਹੀ ਹੈ ਅਤੇ ਇੰਨਾ ਵੇਲਾ ਇੱਕ ਆਮ ਜੀ ਪੁੱਲ ਨੂੰ ਤਰਾਸ਼ ਕੇ ਇੱਕ ਬਹੁਤ ਅੱਛਾ ਨਜ਼ਾਰਾ ਬਣਾ ਦਿੱਤਾ, ਸੈਰਗਾਹ ਬਣਾ ਦਿੱਤੀ ਹੈ ਅਤੇ ਗੋਇਆ ਕਿ ਤੁਸੀਂ ਇਹ ਵੇਖ ਸਕਦੇ ਹੋ। ਕਿਆ ਕੋਈ ਕਿਸੇ ਚੀਜ਼ ਦੀ ਕਮੀ ਹੈ? ਬਿਲਕੁਲ ਸ਼ਾਨਦਾਰ, ਬਹੁਤ ਹੀ ਖੂਬਸੂਰਤ ਤਰੀਨ ਮੰਜ਼ਰ ਹੈ ਜਿਹੜਾ ਕਿ ਤੁਹਾਡੇ ਵਾਸਤੇ ਲੈ ਕੇ ਆ। ਵੇਖੋ ਸਿਗਰਟ ਪੀ ਰਹੇ ਨੇ, ਨਸ਼ਾ